ਪਾਕਿਸਤਾਨ ਦੇ ਸੂਬਾ ਸਿੰਧ ਜ਼ਿਲ੍ਹਾ ਜੈਕਵਾਬਾਦ 'ਚ ਕਥਿਤ ਤੌਰ 'ਤੇ ਅਗਵਾ ਹੋਈ ਦੱਸੀ ਜਾ ਰਹੀ ਨਾਨਕੀ ਕੁਮਾਰੀ ਉਰਫ ਮਹਿਕ ਕੁਮਾਰੀ ਪੁੱਤਰੀ ਵਿਜੇ ਕੁਮਾਰ ਵੱਲੋਂ ਵੀਡੀਓ ਸੁਨੇਹੇ ਵਿੱਚ ਇਹ ਸਵੀਕਾਰ ਕੀਤੇ ਜਾਣ ਦੇ ਬਾਵਜੂਦ ਕਿ ਉਸਨੇ ਸਵੈ ਇੱਛਾ ਨਾਲ ਦਰਗਾਹ ਅਰਮੂਜ਼ ਸ਼ਰੀਫ ਵਿੱਚ ਇਸਲਾਮ ਕਬੂਲ ਕਰਨ ਉਪਰੰਤ ਅਲੀ ਰਜ਼ਾ ਮਾਚੀ ਨਾਲ ਨਿਕਾਹ ਕਰ ਲਿਆ। ਇਸ ਨੂੰ ਲੈ ਕੇ ਵੱਡੇ ਪੱਧਰ 'ਤੇ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸਲਾਮ ਸਵੀਕਾਰ ਕਰਨ ਉਪਰੰਤ ਬੀਬੀ ਅਲੀਜਾ ਬਣੀ ਮਹਿਕ ਕੁਮਾਰੀ ਨੂੰ ਪੁਲਿਸ ਅਜੇ ਤੱਕ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਲੀ ਰਾਜਾ ਦਾ ਇਸ ਤੋਂ ਪਹਿਲਾਂ ਵੀ 2 ਵਾਰ ਨਿਕਾਹ ਹੋ ਚੁੱਕਾ ਹੈ, ਉਸ ਦੇ 4 ਬੱਚੇ ਵੀ ਹਨ। ਅਲੀ ਰਾਜਾ ਨਾਮ ਹੈ ਉਸਕਾ, ਸਾਥ ਕਾ ਥਾ ਮਾਛੀ, ਹਮਾਰੇ ਪਾੜੇ ਮੇਂ ਵੋ ਕਾਮ ਕਰਤਾ ਥਾ ਔਰ ਸੁਬਹ ਕੇ ਟਾਈਮ वो उसको भगा के ले गया है, उसको ड्रेस भी पड़ी है, स्कूल की किताबें भी आए, भगा के ले गया है। आपकी कौन है वो? मेरी वो अपनी वो डॉक्टर है, बना दी है। कौन सी जगह पे रहते हैं आप? क्वेटा रोड निमाणी संगत। वागवा करके ले गए? हाँ। तो आपने क्या किया है? हमने जो पहले पहले आए SHO के साहब से मिले, साहब बोल रहा है हमें 3-4 दिन दो। तो अभी आपने FIR कटा रहे हैं? अभी हम FIR कटा रहे हैं, हमें लड़की चाहिए। हम अपील करते हैं SP साहब को, मेहरबानी करके दिल से काम करे, हम उसको दुआ देंगे, उसके बच्चों को भी दुआ देंगे। उसकी उम्र कितनी है? 14 साल। कौन से क्लास में पढ़ती है? 9th में पढ़ती है। 9th। आपका नाम क्या है? विजय कुमार। विजय कुमार।